नगर कौंसल पात्रा दे सफाई सेवकों वालों एक वार्ड दे एमसी वालों गलत शब्दावली वरतन दे मामले नूं लैके पिछले सोमवार तो सफाई सेवकों ने नगर कौंसल दफ्तर दे अगे धरना दे के प्रशासन तो इंसाफ की मंग की है। ਧਰਨਾ ਤਕਰੀਬ ਪਿਛਲੇ ਸੋਮਵਾਰ ਤੋਂ ਚੱਲ ਰਿਹਾ ਹੈ। ਇਹ ਧਰਨਾ ਇਸ ਤਰ੍ਹਾਂ ਹੈ ਕਿ ਜਿਹੜੇ ਸਾਡੇ ਸਫਾਈ ਮੇਟ ਹੈ ਭੀਮ ਚੰਦ ਜੀ, ਉਹਨਾਂ ਵੱਲੋਂ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਜਿਹੜਾ ਸਾਨੂੰ 15,000 ਪੌਦਾ ਮਿਲਿਆ ਪੰਜਾਬ ਸਰਕਾਰ ਵੱਲੋਂ ਪੂਰੇ ਪੰਜਾਬ ਨੂੰ ਹਰਿਆਵਲ ਕਰਨ ਵਾਸਤੇ, ਉਸ ਦੀ ਮੁਹਿੰਮ ਤਹਿਤ ਜਿਹੜੇ ਅਸੀਂ ਨਗਰ ਕੌਂਸਲ ਦੇ ਵਿੱਚ ਸਫਾਈ ਸੇਵਕਾਂ ਨੂੰ ਜਿਹੜੇ ਦੁਪਹਿਰ ਤੋਂ ਬਾਅਦ ਯਾਨੀ ਕਿ ਸਵੇਰੇ ਸਫਾਈ ਮਹੱਲਿਆਂ ਦੇ ਵਿੱਚ ਕਰਦੇ ਹਾਂ, ਦੁਪਹਿਰ 3 ਵਜੇ ਤੋਂ ਬਾਅਦ ਅਸੀਂ 5-6 ਬੰਦੇ ਆ ਜਿਹੜੇ 7 ਬੰਦੇ ਉਹ ਕੱਢਦੇ ਹਾਂ ਅਤੇ ਉਹਨਾਂ ਤੋਂ ਸਰਕਾਰੀ ਥਾਵਾਂ ਦੇ ਉੱਪਰ ਸਕੂਲਾਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਮੰਦਰਾਂ ਦੇ ਵਿੱਚ ਮਸਜਿਦ ਤੱਕ ਜਿੱਥੇ ਜਿੱਥੇ ਜਗ੍ਹਾ ਹੈਗੀ ਹੈ ਕੋਈ ਕੱਚੀ ਜਗ੍ਹਾ ਉੱਥੇ ਪੌਦਾ ਲਗਾਉਂਦਾ, ਜਿਨ੍ਹਾਂ ਵਿੱਚੋਂ ਸਾਡੇ ਵੱਲੋਂ ਕੋਈ 3,000 ਤੋਂ ਲਗਭਗ ਉੱਪਰ ਜਿਹੜਾ ਪੌਦਾ ਲਗਾ ਚੁੱਕੇ ਹਾਂ। ਅਤੇ ਕੁਝ ਦਿਨ ਪਹਿਲਾਂ ਜਿਹੜੀ ਸ਼ਨੀਵਾਰ ਨੂੰ ਵਾਰਡ ਨੰਬਰ 9 ਤੋਂ ਇੱਕ ਮੁਲਾਜ਼ਮ ਜਿਸਦਾ ਨਾਂ ਬਿੱਟੂ ਹੈ, ਉਸ ਨੂੰ ਸਫਾਈ ਮੇਟ ਵੱਲੋਂ ਪੌਦੇ ਲਗਾਉਣ ਦੇ ਲਈ ਇਸ ਦਿਨ ਦਫ਼ਤਰ ਭੇਜਿਆ ਗਿਆ, ਪਰ ਉਸਦੀ ਕਿਤੇ ਨਿੱਜੀ ਲੋੜ ਦੇ ਕਾਰਨ ਜਿਹੜੀ ਨਿੱਜੀ ਲੋੜ ਸੀ ਉਸਦੀ ਵਾਰਡ ਦੇ ਵਿੱਚ ਸੀ, ਜਦਕਿ ਦਰਅਸਲ 3 ਬੰਦੇ ਉੱਥੇ ਕੰਮ ਕਰਦੇ, 3 ਦੇ ਵਿੱਚੋਂ 2 ਬੰਦੇ ਨੇ ਉਸਦੇ ਵਾਰਡ ਦੇ ਵਿੱਚ ਭੇਜੇ ਗਏ ਐਮਸੀ ਦੇ ਵਾਰਡ ਦੇ ਵਿੱਚ, ਇੱਕ ਬੰਦਾ ਅਸੀਂ ਉਹ ਜਿਹੜਾ ਮੇਟ ਵੱਲੋਂ ਐਸ ਡੀ ਦਫ਼ਤਰ ਭੇਜਿਆ ਗਿਆ। ਉਸ ਬੰਦੇ ਨੂੰ ਜਦੋਂ ਐਮਸੀ ਨੇ ਫੋਨ ਕਰਕੇ ਚਲੋ ਤੂੰ ਨਹੀਂ ਆਇਆ, ਦੋ ਤਾਂ ਆ ਗਏ ਵੀ ਤੂੰ ਨਹੀਂ ਆਇਆ, ਉਹ ਕਹਿੰਦਾ ਜੀ ਮੈਨੂੰ ਤਾਂ ਕਹਿੰਦਾ ਜੀ ਮੇਟ ਜੀ ਨੇ ਕਹਿੰਦਾ ਉੱਥੇ ਭੇਜਤਾ। ਉਹਨਾਂ ਨੇ ਫੋਨ ਕੱਟਣ ਅਨੁਸਾਰ ਕੋਈ ਇੱਕ ਨਹੀਂ ਗੱਲ ਛੱਡੀ ਦੂਸਰੀ ਛੱਡੀ, ਸਿੱਧਾ ਫੋਨ ਸਫਾਈ ਮੇਟ ਨੂੰ ਲਗਾਇਆ ਅਤੇ ਸਿੱਧਾ ਹੀ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਮੇਟ ਨੇ ਕਿਹਾ ਜੀ ਮੈਂ ਤੇਰਾ ਇਹ ਕੀ ਮਾੜਾ ਕਰੇ, ਬੰਦਾ ਭੇਜਿਆ ਨਾ, ਇਹ ਬੰਦਾ ਨਹੀਂ ਭੇਜਦਾ ਅੱਗੇ ਦੁਬਾਰਾ। ਉਸ ਤੋਂ ਬਾਅਦ ਇਹ ਗੱਲ ਜਿਹੜੀ ਸਫਾਈ ਯੂਨੀਅਨ ਦੇ ਧਿਆਨ ਦੇ ਵਿੱਚ ਆਈ, ਸਫਾਈ ਯੂਨੀਅਨ ਨੇ ਈਓ ਸਾਹਿਬ ਨੂੰ ਅਤੇ ਆਪਣਾ ਰਣਜੀਤ ਜੀ ਨੂੰ ਐਸ ਡੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਕਿ ਸਾਨੂੰ ਜਿਹੜਾ ਇਸ ਐਮ ਸੀ ਵੱਲੋਂ ਮਾੜੀ ਸ਼ਬਦਾਵਲੀ ਬੋਲੀ ਗਈ ਹੈ। ਚਲੋ ਇਹ ਬੈਠਣ ਤੋਂ ਬਾਅਦ ਜਦੋਂ ਇੱਥੇ ਬੈਠੇ ਸੀਗੇ ਤਾਂ ਰਣਵੀਰ ਜੀ ਨਗਰ ਕੌਂਸਲ ਦੇ ਪ੍ਰਧਾਨ, ਕੁਲਦੀਪ ਸਿੰਘ ਜੀ ਜਿਹੜੇ ਸੀਨੀਅਰ ਆਗੂ ਆਪ ਦੇ, ਮਦਨ ਲਾਲ ਜੀ ਜਿਹੜੇ ਸ਼ਹਿਰੀ ਪ੍ਰਧਾਨ ਹੈ ਆਪ ਦੇ, ਉਹ ਇੱਥੇ ਆਏ, ਇਹਨਾਂ ਨੂੰ ਆਸ਼ਵਾਸਨ ਦੇ ਕੇ ਚਲੇ ਗਏ ਵੀ ਕੋਈ ਗੱਲ ਨਹੀਂ ਭਾਈ, ਤੁਹਾਡੇ 2 ਦਿਨਾਂ ਬਾਅਦ ਮਾਫ਼ੀ ਮੰਗ ਲੂਗਾ। ਠੀਕ ਹੈ, ਸਾਰੇ ਉੱਠ ਕੇ ਵੀ ਚਲੋ ਮਾਫ਼ੀ ਮੰਗ ਲਏਗਾ ਸਾਨੂੰ ਕੋਈ ਤਰ੍ਹਾਂ। ਮੰਗ ਇਹੀ ਹੈ ਵੀ ਜਿਹੜੇ ਉਹ ਆਪਣੇ ਆਪ ਨੂੰ ਧਰਨਾਟ ਕਰਦੇ ਆ, ਚੌਧਰੀ ਦੱਸਦੇ ਆ ਆਪਣੇ ਆਪ ਨੂੰ ਸ਼ਹਿਰ ਦਾ, ਵੀ ਮੈਂ ਸ਼ਹਿਰ ਦਾ ਚੌਧਰੀ ਹਾਂ, ਉਹ ਆਪਦੀ ਚੌਧਰਪਣਾ ਖੋ ਕੇ ਇੱਥੇ ਭਾਈਚਾਰੇ ਦੇ ਵਿੱਚ ਆ ਗਏ, ਜਿਹੜੇ ਐਸੀਆਂ ਨੂੰ ਕੀੜੇ ਮਕੌੜੇ ਸਮਝਦਾ ਹੈ ਉਹਨਾਂ ਐਸੀਆਂ ਤੋਂ ਆ ਕੇ ਮਾਫ਼ੀ ਮੰਗੇ, ਸਾਡਾ ਧਰਨਾ ਖਤਮ ਹੈ। ਔਰ ਅਤੇ ਧਰਨਾ ਸਾਡਾ 100 ਵਾਰ ਤੱਕ ਜਾਰੀਗਾ, ਜਿਹੜੇ ਸਾਡੇ 100 ਵਾਰ ਨੂੰ ਪੰਜਾਬ ਦੇ ਜਿਹੜੇ ਨੁਮਾਇੰਦੇ ਆ ਉਹ ਆਣਗੇ ਅਤੇ ਉਹਨਾਂ ਦੇ ਨਾਲ ਮਿਲ ਕੇ ਜੋ ਵੀ ਉਹ ਕਹਿਣਗੇ ਅਸੀਂ ਧਰਨਾ ਚੱਕਾਂਗੇ। ਮੇਰਾ ਨਾਮ ਰਿੰਕੂ ਦਾਨਵ ਅਤੇ ਮੈਂ ਮੁੱਖ ਸਲਾਹਕਾਰ ਸਫਾਈ ਮਜ਼ਦੂਰ ਫੈਡਰੇਸ਼ਨ ਪੰਜਾਬ ਜੀ।